10 ਤਰੀਕ ਨੂੰ ਰਿਲੀਜ਼ ਹੋਵੇਗਾ ਮੂਸੇਵਾਲਾ ਦਾ ਨਵਾਂ ਗਾਣਾ ਸੋਸ਼ਲ ਮੀਡੀਆ। ਸਤਿ ਸ਼੍ਰੀ ਅਕਾਲ ਨਿਊਜ਼ 18 ਪੰਜਾਬ ਹਰਿਆਣਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਤੁਹਾਡੇ ਨਾਲ ਗੁਰਜੋਤ ਸੰਧੂ, ਉਮੀਦ ਹੈ ਤੁਸੀਂ ਸਾਰੇ ਖੈਰੀਅਤ ਦੇ ਨਾਲ ਹੋਵੋਗੇ। ਤਾਂ ਬੁਲੇਟਿਨ ਦੀ ਸ਼ੁਰੂਆਤ ਕਰਾਂਗੇ ਸਭ ਤੋਂ ਪਹਿਲਾਂ ਸਿਆਸਤ ਤੋਂ, ਜਾਂ ਕਹਿ ਲਈਏ ਕਿ ਲੋਕ ਸਭਾ ਚੋਣਾਂ ਦੇ ਚੋਣ ਅਖਾੜੇ ਤੋਂ। ਤਾਂ ਇੰਡੀਆ ਗੱਠਜੋੜ ਦਾ ਸਾਂਝਾ ਹੋਵੇ ਮੈਨੀਫੈਸਟੋ, ਆਪ ਸਾਂਸਦ ਸੰਜੇ ਸਿੰਘ ਨੇ ਸੁਝਾਇਆ ਹੈ, ਯਾਨੀ ਕਿ ਸੁਝਾਅ ਦਿੱਤਾ ਇੰਡੀਆ ਗੱਠਜੋੜ ਦਾ ਸਾਂਝਾ ਮੈਨੀਫੈਸਟੋ ਹੋਵੇ ਔਰ ਲੋਕਾਂ ਨੂੰ ਗੱਠਜੋੜ ਦੇ ਏਜੰਡੇ ਬਾਰੇ ਸਪਸ਼ਟਤਾ ਹੋਵੇਗੀ। ਸੋ ਦੱਸ ਦਈਏ ਕਿ ਇੰਡੀਆ ਗੱਠਜੋੜ ਇਕੱਠੇ ਮਿਲ ਕੇ, ਜਿਸ ਦੇ ਵਿੱਚ ਵੱਖੋ ਵੱਖ ਸੂਬੇ ਦੀਆਂ ਵੱਖੋ ਵੱਖ ਪਾਰਟੀਆਂ ਨੇ, ਉਹਨਾਂ ਦੇ ਵੱਲੋਂ ਇਕੱਠੇ ਚੋਣ ਲੜੀ ਜਾ ਰਹੀ ਹੈ ਔਰ ਸਾਫ਼ ਤੌਰ 'ਤੇ ਇੱਕੋ ਹੀ ਉਹਨਾਂ ਦਾ ਜ਼ਰੀਆ ਮਕਸਦ ਅਸੀਂ ਕਹਿ ਲਈਏ ਕਿ ਵਾਰ ਵਾਰ ਇਹੀ ਜ਼ਿਕਰ ਹੁੰਦਾ ਵੱਖੋ ਵੱਖ ਸਟੇਜਾਂ ਤੋਂ ਕਿ ਲੋਕਤੰਤਰ ਦਾ ਜਿਹੜਾ ਕਾਂਡ ਹੋ ਰਿਹਾ ਹੈ ਉਸਨੂੰ ਬਚਾਉਣਾ ਹੈ, ਨਿਆਂ ਦਿਵਾਉਣਾ ਹੈ ਲੋਕਾਂ ਨੂੰ। ਤਾਂ ਇਸੇ ਦੇ ਚੱਲਦੇ ਸਾਂਸਦ ਅਸੀਂ ਕਿ ਹਾਲ ਹੀ ਦੇ ਵਿੱਚ ਜ਼ਮਾਨਤ 'ਤੇ ਬਾਹਰ ਆਏ ਨੇ, ਸੁਪਰੀਮ ਕੋਰਟ ਨੇ ਉਹਨਾਂ ਨੂੰ ਜ਼ਮਾਨਤ ਦਿੱਤੀ। ਤਾਂ ਉਸ ਤੋਂ ਬਾਅਦ ਲਗਾਤਾਰ ਹੁੰਕਾਰ ਭਰ ਰਹੇ ਨੇ ਔਰ ਇਸੇ ਦੇ ਵਿਚਾਲੇ ਉਹਨਾਂ ਨੇ ਕਿਹਾ ਕਿ ਇੱਕ ਸਾਂਝਾ ਮੈਨੀਫੈਸਟੋ ਹੋਣਾ ਚਾਹੀਦਾ, ਯਾਨੀ ਕਿ ਅਜਿਹਾ ਨਹੀਂ ਹੈ ਕਿ ਜੇਕਰ ਕਾਂਗਰਸ ਪਾਰਟੀ ਦੇ ਵਿੱਚ ਹੈ, ਆਮ ਆਦਮੀ ਪਾਰਟੀ ਹੈ, ਕਿ ਆਪਣਾ ਵੱਖੋ ਵੱਖਰਾ ਮੈਨੀਫੈਸਟੋ ਜਾਰੀ ਕਰਨ। ਇੰਡੀਆ ਗੱਠਜੋੜ ਇਕੱਠਾ ਇੱਕ ਮੈਨੀਫੈਸਟੋ ਜਾਰੀ ਕਰੇ। वहाँ पे एक संकल्प प्रस्तुत किया गया आपको की तरफ से, उसमें एक संकल्प था कि दिल्ली को पूर्ण राज्य का दर्जा दिलाया जाएगा अगर इंडिया ब्लॉक की सरकार बनती है। कांग्रेस पार्टी का घोषणा पत्र है, उसमें पुडुचेरी के लिए वो बात है लेकिन दिल्ली के लिए वो बात नहीं है। बहुत देखिए, हर पार्टी के अपने घोषणा पत्र वो एक अलग विषय है। हमारे लिए दिल्ली महत्वपूर्ण है, हमने लिखा दिल्ली के पूर्ण राज्य दर्जे के लिए हमने वहाँ पर मुद्दा उठाया। और जब इंडिया गठबंधन का कोई एक कॉमन अगर कोई घोषणा पत्र होगा तो उसमें हम कुछ बिंदुओं को अपनी तरफ से भी शामिल कराएंगे। आप लोग क्योंकि चुनाव के दौर में है, चुनाव शुरू होने वाले हैं, आपको लगता है कि साझा घोषणा पत्र होना बिल्कुल होना चाहिए? कम से कम लोगों के बीच में ये तो संदेश जाना चाहिए कि भाई अगर इंडिया गठबंधन की सरकार बनती है तो 5, 6, 10, 15, 20 कौन से ऐसे मुद्दे हैं जिसका समाधान ये सरकार करेगी। इतनी बात तो जनता के बीच में जरूर जानी चाहिए। साझा रणनीति के तहत भी चुनाव लड़ा जाना चाहिए। बिल्कुल, जहाँ पे इंडिया गठबंधन का प्रत्याशी है वहाँ सारे दल इंडिया गठबंधन के मिलकर उसको जीता है। संजय सिंह कह रहे हैं कि बेशक वक्खो वक्खरे तौर पर हर पार्टी ने अपना इत्थे मैनीफेस्टो जारी करना, पर एक सांझा भी होना चाहिए। अगे वधांगे, हुण जिक्र करदे आं अरविंद केजरीवाल की गिरफ्तारी का, जिस दे विरोध दे विच मुख्यमंत्री भगवंत मान ने शहीद भगत सिंह दे पिंड खटकड़ कलां च जाके समूहिक वर्त रख्या, जिस ते भाजपा ने तंज कसिया है। ਕਥਿਤ ਸ਼ਰਾਬ ਘੁਟਾਲੇ ਦੇ ਵਿੱਚ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਹੋਈ, ਜਿਸ ਦੇ ਖਿਲਾਫ ਆਮ ਆਦਮੀ ਪਾਰਟੀ ਸੜਕਾਂ ਤੇ ਉਤਰੀ ਤੇ ਪੂਰੇ ਦੇਸ਼ ਦੇ ਵਿੱਚ ਸਮੂਹਿਕ ਵਰਤ ਰੱਖਿਆ। ਦਿੱਲੀ ਦੇ ਜੰਤਰ ਮੰਤਰ ਵੱਡੀ ਗਿਣਤੀ ਵਿੱਚ ਪਾਰਟੀ ਵਰਕਰਾਂ ਨੇ ਧਰਨਾ ਲਗਾਇਆ, ਤਾਂ ਪੰਜਾਬ 'ਚ ਵੀ ਆਪ ਨੇ ਮੋਰਚਾ ਖੋਲਿਆ, ਜਿਸ ਦੀ ਅਗਵਾਈ ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤੀ। ਉਹ ਵਿਧਾਇਕਾਂ ਅਤੇ ਮੰਤਰੀਆਂ ਦੇ ਨਾਲ ਸ਼ਹੀਦ ਭਗਤ ਸਿੰਘ ਵਰਤ ਦੇ ਜ਼ਰੀਏ ਕੇਜਰੀਵਾਲ ਦੀ ਗ੍ਰਿਫਤਾਰੀ ਦਾ ਵਿਰੋਧ ਕੀਤਾ। ਜੇਲ੍ਹ ਦੇ ਵਿੱਚ ਕਰਕੇ ਉਹਨਾਂ ਦੀ ਆਵਾਜ਼ ਦੱਬਦਾ। ਅਰਵਿੰਦ ਕੇਜਰੀਵਾਲ ਇੱਕ ਵਿਅਕਤੀ ਨਹੀਂ ਹੈਗਾ, ਅਰਵਿੰਦ ਕੇਜਰੀਵਾਲ ਇੱਕ ਸੋਚ ਹੈ। ਅਰਵਿੰਦ ਕੇਜਰੀਵਾਲ ਨੂੰ ਤਾਂ ਫੜ ਲਓਗੇ, ਗ੍ਰਿਫਤਾਰ ਕਰ ਲਓਗੇ, ਪਰ ਉਹਦੀ ਸੋਚ ਨੂੰ ਕਿਵੇਂ ਕੈਦ ਕਰੋਗੇ? ਜਿਹੜੇ ਦੇਸ਼ ਦੇ ਵਿੱਚ ਲੱਖਾਂ ਕਰੋੜਾਂ ਕੇਜਰੀਵਾਲ ਪੈਦਾ ਹੋ ਗਏ, ਉਹਨਾਂ ਦਾ ਕੀ ਕਰੋਗੇ ਫਿਰ? ਪਰ ਅਸੀਂ ਡਰਨ ਡਰਨ ਵਾਲੇ ਹੈ ਨਹੀਂ,
ਅਸੀਂ ਤਾਂ ਸਿਰ ਤੇ ਕੱਫੜ ਬੰਨ ਕੇ ਆਏ ਹਾਂ, ਪੈਸੇ ਕਮਾਉਣ ਵਾਲੇ ਕੰਮ ਤਾਂ ਛੱਡ ਕੇ ਆਏ ਜੀ, ਸਾਡਾ ਕੋਈ ਖਾਨਦਾਨੀ ਧੰਦਾ ਨਹੀਂ ਹੈਗਾ ਇਹ। ਉਹਦੇ ਸਭ ਦੇ ਵਿਚਾਲੇ ਸੀਐਮ ਮਾਨ ਦੇ ਸਮੂਹਿਕ ਵਰਤ ਤੇ ਪੰਜਾਬ ਬੀਜੇਪੀ ਪ੍ਰਧਾਨ ਸੁਨੀਲ ਜਾਖੜ ਨੇ ਤੰਜ ਕੱਸਿਆ ਤੇ ਕਿਹਾ ਕਿ ਉਹਨਾਂ ਸ਼ਹੀਦਾਂ ਦੀ ਧਰਤੀ ਤੇ ਨਾਟਕ ਕੀਤਾ ਜਿਸ ਦੇ ਲਈ ਪੰਜਾਬ ਦੇ ਲੋਕ ਕਦੇ ਵੀ ਮਾਫ਼ ਨਹੀਂ ਕਰਨਗੇ। ਆਹ ਤੁਹਾਡਾ ਧਰਨਾ ਤੇ ਤੁਹਾਡੇ MLA ਸਾਹਿਬਾਨ ਦਾ ਧਰਨਾ ਚਾਹੀਦਾ ਸੀਗਾ ਤਰਨ ਤਾਰਨ ਦੇ ਅੰਦਰ। ਆਹ ਜਿਹੜਾ ਵਰਤ ਕਰਨ ਦਾ ਪਖੰਡ ਕਰ ਰਹੇ ਹੋ ਨਾ ਤੁਸੀਂ, ਆਹ ਉੱਥੇ ਜਾ ਕੇ ਉਸ ਪਰਿਵਾਰ ਤੋਂ ਮਾਫ਼ੀ ਮੰਗਣੀ ਚਾਹੀਦੀ ਸੀ। ਮਾਫ਼ੀ ਤਾਂ ਵੈਸੇ ਸਾਰੇ ਪੰਜਾਬ ਤੋਂ ਮੰਗਣੀ ਚਾਹੀਦੀ ਸੀ, ਖਾਸ ਕਰਕੇ ਸਾਡੀਆਂ ਧੀਆਂ ਮਾਤਾਵਾਂ ਭੈਣਾਂ ਤੋਂ, ਅਤੇ ਉਸ ਇੱਕ ਪਰਿਵਾਰ ਦੀ ਮਹਿਲਾ ਨੂੰ ਕੱਪੜੇ ਉਤਾਰ ਕੇ ਸੜਕਾਂ ਦੇ ਉੱਤੇ ਜ਼ਲੀਲ ਕਰਕੇ ਭਜਾਇਆ ਗਿਆ। ਆਹ ਤੁਸੀਂ ਜੋ ਕੁਛ ਅੱਜ ਕੀਤਾ, ਆਹ ਇਕੱਲਾ ਇੱਕ ਡਰਾਮਾ ਅਤੇ ਪਖੰਡ ਨਹੀਂ ਉਸ ਧਰਤੀ ਦੇ ਉੱਤੇ, ਉਹਨਾਂ ਦਾ ਸ਼ਹੀਦਾਂ ਦਾ ਅਪਮਾਨ ਤਾਂ ਤੁਸੀਂ ਕੀਤਾ ਹੀ ਕੀਤਾ। ਮੈਂ ਸਮਝਦਾ ਅੱਜ ਤੁਸੀਂ ਪੰਜਾਬੀਆਂ ਦੇ ਛਾਤੀ ਦੇ ਉੱਤੇ ਭ੍ਰਿਸ਼ਟਾਚਾਰ ਦੀ ਮੂੰਗ ਦਲੀ ਹੈ ਅਤੇ ਪੰਜਾਬੀਆਂ ਨੇ ਭੁੱਲਣਾ ਨਹੀਂ। ਯਾਦ ਰੱਖਿਓ, ਇਹਦਾ ਸਬਕ ਥੋੜ੍ਹੇ ਦਿਨਾਂ 'ਚ ਤੁਹਾਨੂੰ ਦੇਖਣ ਨੂੰ ਤੁਹਾਨੂੰ ਲੋਕ ਸਿਖਾਉਣਗੇ। ਜ਼ਿਕਰਯੋਗ ਹੈ ਕਿ 21 ਮਾਰਚ ਨੂੰ ED ਨੇ ਪੁੱਛਗਿੱਛ ਤੋਂ ਬਾਅਦ ਅਰਵਿੰਦ ਕੇਜਰੀਵਾਲ ਨੂੰ ਗ੍ਰਿਫਤਾਰ ਕੀਤਾ ਸੀ, ਜਿਸ ਤੋਂ ਬਾਅਦ ਦਿੱਲੀ ਦੇ ਵਿੱਚ ਕਈ ਥਾਵਾਂ ਤੇ ਵਿਰੋਧ ਪ੍ਰਦਰਸ਼ਨ ਹੋਏ ਤੇ ਹੁਣ ਸਮੂਹਿਕ ਵਰਤ ਰੱਖ ਕੇ ਕੇਂਦਰ ਸਰਕਾਰ ਦਾ ਵਿਰੋਧ ਕੀਤਾ ਗਿਆ। ਨਵਾਂ ਸ਼ਹਿਰ ਤੋਂ ਪੰਕਜ ਕਪਾਹੀ ਦੇ ਨਾਲ ਸ਼ੈਲੇਸ਼ ਕੁਮਾਰ, ਨਿਊਜ਼ 18 ਪੰਜਾਬ। ਤਾਂ ਹੁਣ ਗੱਲ ਉਹਨਾਂ ਸਿਆਸੀ ਨਾਰਿਆਂ ਦੀ ਜਿਸ ਨੂੰ ਲੈ ਕੇ ਵਾਰ ਪਲਟਵਾਰ ਲਗਾਤਾਰ ਜਾਰੀ ਹੈ। ਮੁੱਖ ਮੰਤਰੀ ਮਾਨ ਨੇ ਚੁਟਕੀ ਲੈਂਦਿਆਂ ਹੋਇਆਂ ਬੀਜੇਪੀ ਦੇ 400 ਪਾਰ ਵਾਲੇ ਨਾਰੇ ਨੂੰ ਜੁਮਲਾ ਕਰਾਰ ਦੇ ਦਿੱਤਾ, ਤਾਂ ਬੀਜੇਪੀ ਨੇ ਵੀ ਉਸੇ ਅੰਦਾਜ਼ ਦੇ ਵਿੱਚ ਜਵਾਬ ਦਿੱਤਾ ਹੈ ਤੇ ਮੁੱਖ ਮੰਤਰੀ ਵਾਲੇ ਨਾਰੇ ਨੂੰ ਵੱਡਾ ਜੁਮਲਾ ਦੱਸਿਆ। ਅਬਕੀ ਵਾਰ NDA ਸਰਕਾਰ 400 ਪਾਰ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਰੈਲੀਆਂ ਦੇ ਵਿੱਚ ਲਗਾਤਾਰ ਇਹੀ ਨਾਰਾ ਗੂੰਜ ਰਿਹਾ ਤੇ ਦਾਵਾ 400 ਪਾਰ ਦਾ ਕੀਤਾ ਜਾ ਰਿਹਾ। ਇਸੇ ਨਾਰੇ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਤਿੱਖਾ ਨਿਸ਼ਾਨਾ ਸਾਧਿਆ। ਮੁੱਖ ਮੰਤਰੀ ਮਾਨ ਨੂੰ 400 ਪਾਰ ਦਾ ਨਾਰਾ ਜੁਮਲਾ ਨਜ਼ਰ ਆ ਰਿਹਾ ਤਾਂ ਬੋਲਦੇ ਬੋਲਦੇ 300 ਲੋਕ ਤੜੀ ਪਾਰ ਵੀ ਕਰ ਦਿੰਦੇ ਨੇ। ਇਤਨਾ ਮੁਝੇ ਪਤਾ ਹੈ ਕਿ 400 ਪਾਰ ਜਾਂ 370 ਪਾਰ ਇਹ ਜੁਮਲੇ ਹੈ ਔਰ ਜੁਮਲੋ ਪੇ ਯਕੀਨ ਨਹੀਂ ਕੀਆ ਜਾ ਸਕਤਾ। ਤੋ ਅਗਰ 400 ਪਾਰ ਹੈ ਤੋ ਦੂਸਰੀ ਪਾਰਟੀਓ ਕੇ MLA MP ਤੋੜ ਕਿਉਂ ਰਹੇ ਹੋ? ਇਧਰ ਸੇ ਵੀ ਲੈ ਲੋ, ਇਧਰ ਸੇ ਵੀ ਲੈ ਲੋ। ਅਗਰ ਆਪਕੋ 400 ਪੇ ਯਕੀਨ ਹੈ ਜਾਂ 370 ਪੇ ਯਕੀਨ ਹੈ ਤੋ ਆਪ ਦੂਸਰੀ ਪਾਰਟੀ ਕੋ ਕਿਉਂ ਤੋੜ ਰਹੇ ਹੋ? ਵਿਪਕਸ਼ੀ ਨੇਤਾਓ ਕੋ ਅੰਦਰ ਕਿਉਂ ਕਰ ਰਹੇ ਹੋ? ਇਸਕਾ ਮਤਲਬ ਕੋਈ ਨਾ ਕੋਈ ਡਰ ਹੈ? ਤਾਂ ਕੋ BJP ਨੇ ਵੀ ਉਸੇ ਅੰਦਾਜ਼ ਦੇ ਵਿੱਚ ਪਲਟਵਾਰ ਕੀਤਾ ਤੇ ਮੁੱਖ ਮੰਤਰੀ ਦੇ 13-0 ਵਾਲੇ ਨਾਰੇ ਨੂੰ ਹੀ ਵੱਡਾ ਜੁਮਲਾ ਦੱਸ ਦਿੱਤਾ। ਮਾਨ ਸਾਹਿਬ ਨੂੰ ਬੜੇ ਅਦਬ ਨਾਲ ਕਹਿੰਦਾ ਕਿ ਪਹਿਲੀ ਗੱਲ ਤਾਂ ਤੁਹਾਡਾ ਜਿਹੜਾ 13-0 ਵਾਲਾ ਨਾ, ਇਹ ਵੱਡਾ ਜੁਮਲਾ, ਇਹ 0-13 ਔਰ ਇਹ ਤੁਸੀਂ ਇਹਨੂੰ ਕਰੈਕਸ਼ਨ ਕਰੋ ਜ਼ਰੂਰ। ਔਰ ਦੂਸਰਾ, ਸਾਡੀ ਚਿੰਤਾ ਨਾ ਕਰੋ, ਸਾਡੀ ਸਰਕਾਰ ਵੀ ਨਿਸ਼ਚਿਤ ਬਣ ਰਹੀ ਆ, ਅਸੀਂ 400 ਪਾਰ ਵੀ NDA ਜਾ ਰਿਹਾ ਔਰ ਦੇਸ਼ ਦੇ ਲੋਕਾਂ ਨੇ ਸਾਨੂੰ ਸਵੀਕਾਰ ਕਰ ਲਿਆ, ਤੁਹਾਡੇ ਕਹਿਣ ਨਾਲ ਕੁਛ ਨਹੀਂ ਹੋਣਾ। ਤੋ 24 ਦੇ ਪੱਖੇ ਮੈਦਾਨ ਦੇ ਵਿੱਚ ਕੋਈ ਵੀ ਪਾਰਟੀ ਨਾਰੇ ਵਾਲੇ ਮਾਮਲੇ ਦੇ ਵਿੱਚ ਪਿੱਛੇ ਨਹੀਂ ਰਹਿ ਰਹੀ ਤੇ ਦਾਅਵੇ ਵੱਡੇ ਵੱਡੇ ਕੀਤੇ ਜਾ ਰਹੇ ਨੇ। ਖੈਰ, ਕਿਸ ਦੇ ਦਾਅਵੇ ਦੀ ਫੂਕ ਨਿਕਲਦੀ ਹੈ ਤੇ ਕਿਸ ਦੇ ਦਾਅਵੇ ਤੇ ਮੋਹਰ ਲੱਗਦੀ ਹੈ, ਇਹ ਵੀ 4 ਜੂਨ ਨੂੰ ਸਾਫ਼ ਹੋ ਜਾਵੇਗਾ। ਬਿਊਰੋ ਰਿਪੋਰਟ, ਨਿਊਜ਼ 18 ਪੰਜਾਬ। ਅੱਗੇ ਵਧਾਂਗੇ ਤਾਂ ਲੋਕ ਸਭਾ ਚੋਣਾਂ ਦੇ ਐਲਾਨ ਤੋਂ ਬਾਅਦ ਲਗਾਤਾਰ ਉਮੀਦਵਾਰਾਂ ਦੇ ਵੱਲੋਂ ਆਪਣੇ ਆਪਣੇ ਹਲਕਿਆਂ 'ਚ ਚੋਣ ਪ੍ਰਚਾਰ ਜਾਰੀ ਹੈ, ਪਰ ਨਾਭਾ ਦੇ ਵਿੱਚ ਪਰਨੀਤ ਕੌਰ ਦਾ
ਕਿਸਾਨਾਂ ਦੇ ਵੱਲੋਂ ਵਿਰੋਧ ਕੀਤਾ ਗਿਆ। ਕਿਸਾਨਾਂ ਨੇ ਕਾਫਲੇ ਦੇ ਪਿੱਛੇ ਗੱਡੀਆਂ ਲਗਾ ਲਈਆਂ। ਪਰਨੀਤ ਕੌਰ ਦੇ ਕਾਫਲੇ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਔਰ ਕਿਸਾਨਾਂ ਦੇ ਵੱਲੋਂ ਗਲਤ ਸਾਈਡ ਜਾਣ ਦੇ ਕਾਰਨ ਹਾਦਸਾ ਹੁਣ ਬਚ ਗਿਆ। ਦੱਸਦੀ ਕਿ ਪ੍ਰਦਰਸ਼ਨ ਕਰਨਾ ਸਾਰਿਆਂ ਦਾ ਹੱਕ ਹੈ, ਪ੍ਰਨੀਤ ਕੌਰ ਨੇ ਇਹ ਜ਼ਰੂਰ ਕਿਹਾ ਇਸ ਤਰ੍ਹਾਂ, ਪਰ ਉਹਨਾਂ ਨੇ ਕਿਹਾ ਕਿ ਇਸ ਤਰ੍ਹਾਂ ਪ੍ਰਦਰਸ਼ਨ ਕਰਨਾ ਠੀਕ ਨਹੀਂ ਹੈ, ਲਗਾਤਾਰ ਆਪਣਾ ਜੋ ਚੋਣ ਪ੍ਰਚਾਰ ਹੈ ਉਸਨੂੰ ਜਾਰੀ ਰੱਖਾਂਗੇ। ਜਿੱਥੇ ਜਿੱਥੇ ਗਈ ਹਾਂ ਮਿਕਸਡ ਹੈਗੇ ਨੇ, ਸ਼ਹਿਰ ਦੇ ਵੀ ਆਉਂਦੇ ਨੇ, ਪਿੰਡਾਂ ਦੇ ਵੀ ਆਉਂਦੇ ਨੇ, ਵਧੀਆ ਰਿਸਪੌਂਸ ਮਿਲ ਰਿਹਾ। ਕਿਸਾਨ ਯੂਨੀਅਨ ਜਿਹੜਾ ਪ੍ਰੋਟੈਸਟ ਕਰ ਰਿਹਾ ਤੁਹਾਡੇ ਖਿਲਾਫ ਵੀ, ਜਿਸ ਤਰ੍ਹਾਂ ਅੱਜ ਪਤਲਾ ਹੋਇਆ ਤੇ ਖਾਸ ਤੌਰ ਨਾਭਾ ਵੀ ਸ਼ੁਰੂ ਹੋ ਗਿਆ, ਨਾਭੇ ਵੀ ਹੋ ਰਿਹਾ, ਹੋ ਰਿਹਾ ਕੀ ਲੱਗਦਾ ਹੈ ਵੀ ਹੋ ਰਹੀ ਹੈ ਤੇ ਕੀ ਲੱਗਦਾ ਮੈਡਮ ਕਿਉਂ ਹੋ ਰਿਹਾ ਤੇ ਕੀ ਕਰਨਾ ਚਾਹੀਦਾ? ਦੇਖੋ ਇਹਨਾਂ ਦਾ ਆਪਣਾ ਏਜੰਡਾ ਹੈ, ਇਹ ਆਪਣਾ ਕਰ ਰਹੇ ਨੇ, ਅਸੀਂ ਆਪਣਾ ਕੰਮ ਕਰਨਾ, ਸਾਰਿਆਂ ਦੇ ਆਪਣੇ ਆਪਣੇ ਹੱਕ ਨੇ। ਉਹ ਇਹਨਾਂ ਨੂੰ ਵੈਸੇ ਇਹਨਾਂ ਨੇ ਆਪਣੇ ਤੌਰ ਤਰੀਕਾ ਵਰਤਿਆ ਹੈ, ਜੇ ਇਹਨਾਂ ਨੂੰ ਨਹੀਂ ਚਾਹੀਦਾ ਤੇ ਪ੍ਰਚਾਰ ਕਰਨ ਵੀ ਨਾ ਪਾਓ ਬੀਜੇਪੀ ਨੂੰ ਵੋਟਾਂ। ਸਰਕਾਰ ਅੱਜ ਮਾਨ ਸਰਕਾਰ ਨੇ ਭੁੱਖ ਹੜਤਾਲ ਕੀਤੀ ਆ, ਕਿਸ ਤਰ੍ਹਾਂ ਦਾ ਬੀਜੇਪੀ ਨੂੰ ਉਹਨਾਂ ਨੇ ਨਿਸ਼ਾਨਾ ਬਣਾਇਆ ਵੀ ਬੀਜੇਪੀ ਧੱਕਾ ਕਰ ਰਹੀ ਹੈਗੀ? ਚਲੋ ਕੋਈ ਗੱਲ ਨਹੀਂ, ਇਹ ਇੱਥੇ ਧੱਕਾ ਕਰ ਰਹੇ ਹੈ, ਪਹਿਲੇ ਇਹ ਵੀ ਸੋਚ ਲੈਣ ਭਾਰਤੀ ਜਨਤਾ ਪਾਰਟੀ ਆਪਣੀ ਅੱਛੀ ਤਰ੍ਹਾਂ ਹੁਣ ਜੜ੍ਹਾਂ ਜਮਾਣਗੇ। ਇਸ ਇਲੈਕਸ਼ਨ ਤੋਂ ਲੈ ਕੇ ਤੁਸੀਂ ਰਿਜ਼ਲਟ ਦੇਖਣਾ ਔਰ ਅੱਗੇ ਨੂੰ ਪੂਰਾ ਵਿਸ਼ਵਾਸ ਹੈ ਕਿ 2027 'ਚ ਭਾਰਤੀ ਜਨਤਾ ਪਾਰਟੀ ਦੀ ਹੀ ਗਵਰਨਮੈਂਟ ਆਊਗੀ ਪੰਜਾਬ 'ਚ। ਇਹ ਬੀਜੇਪੀ ਕਿਸਾਨਾਂ ਦੀ ਕਾਤਲ ਆ, ਬੀਜੇਪੀ ਨੇ ਦੇਸ਼ ਨੂੰ ਲੁੱਟਿਆ ਅਤੇ ਕੁੱਟਿਆ। ਅੱਜ ਇੱਕ ED ਦੀ ਘੁਰਕੀ ਦੇ ਨਾਲ ਮਹਾਰਾਣੀ ਪ੍ਰਨੀਤ ਕੌਰ ਅਤੇ ਇਹਦੇ ਘਰ ਵਾਲਾ ਕੈਪਟਨ ਅਮਰਿੰਦਰ ਸਿੰਘ ਇਹ ਬੀਜੇਪੀ ਦੀ ਝੋਲੀ ਵਿੱਚ ਜਾ ਬੈਠੇ ਨੇ, ਕਿਉਂਕਿ ਕਿਸੇ ਟਾਈਮ ਤਾਂ ਕੈਪਟਨ ਇਹ ਕਹਿੰਦਾ ਸੀ ਵੀ ਕਿਸਾਨਾਂ ਦਾ ਕਰਜ਼ਾ ਮੈਂ ਮਾਫ਼ ਕਰੂੰਗਾ, ਬੈਂਕਾਂ ਦਾ ਕਰਜ਼ਾ ਮੈਂ ਮਾਫ਼ ਕਰੂੰਗਾ, ਆੜ੍ਹਤੀਆਂ ਦਾ ਕਰਜ਼ਾ ਮੈਂ ਮਾਫ਼ ਕਰੂੰਗਾ। ਪਰ ਅੱਜ ਕੀ ਹੋ ਰਿਹਾ, ਅੱਜ ਦੇਸ਼ ਵਿਰੋਧੀ ਬੀਜੇਪੀ ਦੀ ਝੋਲੀ ਦੇ ਵਿੱਚ ਜਾ ਕੇ ਬੈਠੇ ਨੇ। ਅੱਗੇ ਵਧਾਂਗੇ, ਸਿੱਧੂ ਮੂਸੇਵਾਲੇ ਦਾ ਨਵਾਂ ਗੀਤ ਆਉਣ ਵਾਲਾ ਹੈ 10 ਅਪ੍ਰੈਲ ਨੂੰ। ਦੱਸਦੀ ਕਿ ਮੂਸੇਵਾਲਾ ਦਾ ਨਵਾਂ ਗੀਤ ਰਿਲੀਜ਼ ਹੋਏਗਾ। ਮੂਸੇਵਾਲਾ ਦਾ ਨਵਾਂ ਗੀਤ 410 ਹੋਏਗਾ, ਯਾਨੀ ਕਿ ਟਾਈਟਲ ਹੈ 410। ਕੈਨੇਡੀਅਨ ਰੈਪਰ ਸਨੀ ਮਾਲਟਨ ਦੇ ਨਾਲ ਇਹ ਨਵਾਂ ਗੀਤ ਹੋਏਗਾ। ਮੂਸੇਵਾਲਾ ਦੀ ਮੌਤ ਤੋਂ ਬਾਅਦ ਦੱਸਦੀ ਕਿ 6 ਗਾਣੇ ਹੁਣ ਤੱਕ ਰਿਲੀਜ਼ ਹੋ ਚੁੱਕੇ ਨੇ। ਫਰਵਰੀ ਮਹੀਨੇ ਦੇ ਵਿੱਚ DP ਰਿਲੀਜ਼ ਹੋਇਆ ਸੀ। DP ਗਾਣਾ ਮੂਸੇਵਾਲਾ ਨੇ ਵਿਦੇਸ਼ ਰੈਪਰਾਂ ਮਰਸੀ ਤੇ ਪੇਸਲੀ ਦੇ ਨਾਲ ਕਲੈਬ ਕੀਤਾ ਸੀ, ਤਾਂ ਗ੍ਰਾਫਿਕ ਦੇ ਜ਼ਰੀਏ ਅਸੀਂ ਵੇਖਾਂਗੇ ਕਿ ਆਖਰਕਾਰ ਮੌਤ ਤੋਂ ਬਾਅਦ ਕਿਹੜੇ ਕਿਹੜੇ ਸੌਂਗਸ ਯਾਨੀ ਕਿ ਗਾਣੇ ਹੁਣ ਤੱਕ ਆਏ ਨੇ। 2 ਫਰਵਰੀ 2024 ਨੂੰ ਲੇਟੈਸਟ ਅਸੀਂ ਗੱਲ ਕਰੀਏ ਤਾਂ ਡ੍ਰਿਪੀ ਗਾਣਾ ਆਇਆ ਹੈ। 8 ਜੁਲਾਈ 12 ਨਵੰਬਰ 2023 ਨੂੰ ਵਾਚ ਆਊਟ ਆਇਆ ਸੀ। 8 ਜੁਲਾਈ 2023 ਨੂੰ ਚੋਰਨੀ ਗਾਣਾ ਰਿਲੀਜ਼ ਹੋਇਆ। 7 ਅਪ੍ਰੈਲ 2023 ਨੂੰ ਮੇਰਾ ਨਾਂ ਗਾਣਾ ਰਿਲੀਜ਼ ਹੋਇਆ। 8 ਨਵੰਬਰ 2022 ਨੂੰ ਵਾਰ ਗਾਣਾ ਰਿਲੀਜ਼ ਹੋਇਆ, ਰਿਲੀਜੀਅਸ ਸੀ, ਧਾਰਮਿਕ ਗੀਤ ਸੀ। ਤਾਂ 23 ਜੂਨ 2022 ਨੂੰ SYL ਪਾਣੀਆਂ ਦੇ ਮੁੱਦੇ ਤੇ ਗਾਣਾ ਸਭ ਤੋਂ ਪਹਿਲਾਂ ਰਿਲੀਜ਼ ਹੋਇਆ ਸੀ, ਜਿਸ ਤੋਂ ਬਾਅਦ ਹੁਣ ਇਹ ਗਾਣਾ ਇੱਕ ਨਵਾਂ ਆਉਣ ਵਾਲਾ ਹੈ ਜੋ 10 ਅਪ੍ਰੈਲ ਨੂੰ ਰਿਲੀਜ਼ ਹੋਏਗਾ।